ਗੁਰਨਾਮ ਵੀਰੇ, ਬੜਾ ਭੋਲਾ ਜਿਹਾ ਕਰੈਕਟਰ ਨਿਭਾ ਰਹੇ ਹੋ ਤੁਸੀਂ ਇਸ ਫਿਲਮ ਦੇ ਵਿੱਚ, ਪਰ ਪਤਾ ਤੁਹਾਨੂੰ ਸਾਰਾ ਹੈ ਕਿਹੜੀ ਪਿੰਡ ਦੀ ਕਿਹੜੀ ਕੁੜੀ ਪਾਰਲਰ ਜਾਂਦੀ ਹੈ, ਕਿਹੜੀ ਭੁੱਲਰਾਂ ਦੀ ਨੂੰਹ ਜਾਂਦੀ ਹੈ, ਸਭ ਪਤਾ ਹੈ ਇਹ ਭੋਲੇ ਕਰੈਕਟਰ ਨੂੰ। ਕਿੰਨਾ ਮਜ਼ਾ ਆ ਰਿਹਾ ਫਾਈਨਲੀ ਗੁਰਨਾਮ ਵੀਰੇ ਦੂਜੀ ਫਿਲਮ ਆ ਤੇ ਇੰਨਾ ਕਰਾਊਡ, ਇੰਨਾ ਸਭ ਕੁਛ ਦੇਖ ਕੇ, ਇੰਨਾ ਪਿਆਰ ਦੇਖ ਕੇ। ਹਾਂਜੀ, ਬਸ ਅਸੀਂ ਆਸ ਫਿਲਮ ਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ, ਭਾਵੇਂ ਉਹ ਪ੍ਰਮੋਸ਼ਨ ਹੋਵੇ ਫਿਲਮ ਬਣਾਉਣ 'ਚ ਤਾਂ ਕੀਤੀ ਆ, ਜਿੰਨੀ ਪ੍ਰਮੋਸ਼ਨ ਮੈਂ ਇਸ ਫਿਲਮ ਦੀ ਕੀਤੀ ਆ ਹੁਣ ਤੱਕ ਮੈਂ ਕਿਸੇ ਪ੍ਰੋਜੈਕਟ ਦੀ ਨਹੀਂ ਕੀਤੀ। ਸੋ ਜਦੋਂ ਇੰਨਾ ਸਾਰਾ ਕੁਛ ਇੰਨਾ ਜ਼ੋਰ ਲੱਗਿਆ ਹੋਵੇ ਤਾਂ ਕਿਤੇ ਨਾ ਕਿਤੇ ਤੁਸੀਂ ਸਾਰੇ ਨਰਵਸ ਹੁੰਦੇ ਆ, ਤਾਂ ਮੈਨੂੰ ਵੀ ਇਹੀ ਸੀ ਕਿਉਂਕਿ ਮਾਹੌਲ ਜਿਹੜਾ ਉਹ ਕਿਤੇ ਨਾ ਕਿਤੇ ਫਲੱਡ ਕਰਕੇ ਵੀ, ਔਰ ਜਿਹੜੀ ਡੇਟ ਹੁੰਦੀ ਆ ਫਿਕਸ ਉਹ ਕਰਨਾ ਪੈਂਦਾ, ਫਲੱਡ ਕਰਕੇ ਵੀ ਮਾਹੌਲ ਇੰਨਾ ਵਧੀਆ ਨਹੀਂ। ਫਿਰ ਆਲਰੇਡੀ ਸਾਡੇ ਨਾਲ ਸਾਹੋ ਨਾਲ ਅਸੀਂ ਚੱਲ ਰਹੇ ਹਾਂ, ਆਲਰੇਡੀ 4 ਫਿਲਮਾਂ ਨੇ, ਸੋ ਉਹ ਕੰਪੀਟੀਸ਼ਨ ਬਹੁਤ ਜ਼ਿਆਦਾ, ਤਾਂ ਬਾਕੀ ਦੇਖਦੇ ਹਾਂ ਕੀ ਬਣਦਾ। ਬਟ ਤੁਹਾਨੂੰ ਪਿਆਰ ਕਰਨ ਵਾਲੇ ਤੁਹਾਨੂੰ ਹਮੇਸ਼ਾ ਸਪੋਰਟ ਕਰਦੇ ਹਨ, ਤੁਹਾਡੀ ਪੂਰੀ ਫੈਮਿਲੀ ਪੂਰੇ ਰਿਲੇਟਿਵਸ ਇੱਥੇ ਪਹੁੰਚੇ ਨੇ ਤੁਹਾਨੂੰ ਸਪੋਰਟ ਕਰਨ ਦੇ ਲਈ, ਫਿਰ ਥੋੜ੍ਹੀ ਜਿਹੀ ਤਾਂ ਮਤਲਬ ਕਿ ਚੇਅਰ ਅਪ ਹੁੰਦਾ ਹੀ ਆ, ਥੋੜ੍ਹਾ ਜਿਹਾ ਤਾਂ ਕਲੀਅਰ ਹੁੰਦਾ। ਨਹੀਂ ਨਹੀਂ ਉਦਾਂ ਬਹੁਤ ਵਧੀਆ, ਸਾਡੇ ਸਾਰੇ ਭਰਾ ਪਹੁੰਚੇ ਨੇ, ਇੰਡਸਟਰੀ ਸਾਰੀ ਪਹੁੰਚੀ ਆ, ਔਰ ਬਹੁਤ ਵਧੀਆ ਇਕਨੋਮਿਕਸ ਵੀ ਵਧੀਆ ਆ ਰਹੇ ਨੇ ਫਿਲਮ ਦੇ, ਜਿੰਨੇ ਕਿ ਅਸੀਂ ਐਕਸਪੈਕਟ ਕਰਦੇ ਹਾਂ ਉਸ ਤੋਂ ਜ਼ਿਆਦਾ ਹੀ ਆ ਰਹੇ ਨੇ, ਸੋ ਸਾਰਾ ਕੁਛ ਵਧੀਆ ਜੀ। ਬਾ ਕਿਤੇ ਨਾ ਕਿਤੇ ਉਹ ਹੁੰਦਾ ਨਾ ਕਿ ਉਹ ਆਰਟ ਪਰਫਾਰਮੈਂਸ ਫੈਕਟਰ ਜਿਹੜਾ ਬੰਦਾ ਟੈਨਸ਼ਨ 'ਚ ਰਹਿੰਦਾ। ਬਿਲਕੁਲ 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 ਅੱਛਾ, ਇੱਕ ਚੀਜ਼ ਅਸੀਂ ਜ਼ਰੂਰ ਦੇਖੀ ਹੈ, ਗੁਰਨਾਮ ਦਾ ਕਰੈਕਟਰ ਦੇਖਣ ਤੋਂ ਬਾਅਦ ਮੈਨੂੰ ਇਹ ਲੱਗਦਾ ਕਿ ਗੁਰਨਾਮ ਨੂੰ ਫਿਲਮਾਂ ਦੇ ਵਿੱਚ ਐਕਸ਼ਨ ਵੀ ਟਰਾਈ ਕਰਨਾ ਚਾਹੀਦਾ, ਸਪੈਸ਼ਲੀ ਵਰਿੰਦਰ ਦਾ ਕਹਿਣਾ ਸਾਡੇ ਥੱਪੜ ਥੱਪੜ ਦੇ ਕੇ ਲੱਗਾ। ਮੈਂ ਸਾਰੀਆਂ ਕੋਈ ਮੈਂ ਪਰਮਾਨੈਂਟ ਕਿਸੇ ਇੱਕ ਜ਼ੋਨਰ 'ਚ ਨਹੀਂ ਜਾਣਾ ਜੀ, ਮੈਂ ਸਾਰੀਆਂ ਫਿਲਮਾਂ ਟਰਾਈ ਕਰੂੰਗਾ, ਪਰ ਐਂ ਕਿ ਹੌਲੀ ਹੌਲੀ ਵਨ ਬਾਏ ਵਨ ਸਟੈਪ ਬਾਏ ਸਟੈਪ ਚੱਲਣਾ ਪੈਂਦਾ। ਫਿਲਹਾਲ ਆਹ ਲੋਕ ਐਕਸਪੈਕਟ ਕਰ ਰਹੇ ਨੇ, ਵਧੀਆ ਚੱਲ ਰਿਹਾ ਜੀ ਸਾਰਾ ਕੁਛ, ਇਸ ਤੋਂ ਬਾਅਦ ਨੈਕਸਟ ਚੇਂਜ 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 ਚੇਂਜ। ਸੋ ਜੀ, ਬ੍ਰੇਕਿੰਗ ਨਿਊਜ਼, ਗੁਰਨਾਮ ਭੁੱਲਰ ਬੜੀ ਜਲਦੀ ਐਕਸ਼ਨ ਮੂਵੀ ਕਰਨਗੇ। ਹਾਂਜੀ ਹਾਂਜੀ, ਥੈਂਕ ਯੂ।